ਬਾਕੀ ਕਈ ਦਿਨਾਂ ਲਿਬੜਿਆ ਖੜਾ ਸੀਗਾ ਜਾਂ ਮੈਂ ਅੱਜ ਚਮਕਾ ਦੇਣਾ ਲੈ ਸੀਗੇ ਆਪਣੇ ਭਾਈ ਦਾ ਹੀ ਪ੍ਰੀ ਵੈਡਿੰਗ ਸ਼ੂਟ ਆ ਮੈਂ ਆਪਣੇ ਜਿਹਨੂੰ ਤੁਸੀਂ ਦੇਖਿਆ ਹੁਣ ਅੱਗੇ ਵਲੋਗਾਂ 'ਚ ਮੈਂ ਮਿੱਠੀ ਪਾ ਕੇ ਆਪਾਂ ਨਿਕਲ ਕੇ ਘਰੋਂ ਬਾਕੀ ਇਹਦੇ ਬੈਠਣ ਨੂੰ ਤਾਂ ਬਹੁਤ ਟਾਈਮ ਹੋ ਗਿਆ ਮੈਂ ਜੋ ਉਹਦੇ ਜਬਰੇ 'ਤੇ ਹੀ ਬਹਿਣਾ ਖਾਸ ਮੈਂ ਕਿਹਾ ਲਾ ਦਿਓ ਇੱਕ 3 ਫੁੱਟ ਇਹਦੇ 'ਤੇ ਕਬੂਤਰਬਾਜੀ ਕਿਤੇ ਸੌਖਾ ਕੰਮ ਆ ਡਰਾਈਵਰ ਹੱਥ ਦਿਖਾਈ ਮੇਰੇ ਵੀਰੋ ਅੱਜ ਕਹਿੰਦੇ ਕੱਲ ਮੋਟਰ ਹੈਂਦੇ ਟੇਪ ਟੂਪ ਕਰਾਈ ਅੱਜ ਧਮਾਉਣ ਆਏ ਆ ਸਾਬਣ ਸੁਬਣ ਮਾਰ ਕੇ ਅੱਜ ਚਮਕਾ ਦੇਣਾ ਕਈ ਦਿਨਾਂ ਦਾ ਇਹ ਮਤਲਬ ਗੰਦਾ ਹੋਇਆ ਖੜਾ ਸੀਗਾ ਮੈਂ ਕਿਹਾ ਅੱਜ ਧਵਾ ਦੀਏ ਫਿਰ ਦੇਖੋ ਕਹਿੰਦੇ ਮੇਰੇ ਵੀਰੋ ਮੁੰਡੇ ਲੱਗ ਗਏ ਚਮਕਾਉਣ ਮੋਟਰਸਾਈਕਲ ਚੱਲ ਚੱਲ ਕੀ ਗੱਲ ਕੰਮ ਕੋਈ ਨਹੀਂ ਅੰਗ ਦਾ ਕਹਿੰਦੇ ਬਾਕੀ ਕਈ ਦਿਨਾਂ ਲਿਬੜਿਆ ਖੜਾ ਸੀਗਾ ਜਾਂ ਮੈਂ ਅੱਜ ਚਮਕਾ ਦੇਣਾ ਲਓ ਜੀ ਚਮਕਾ ਕੇ ਲੈ ਆਉਂਦਾ ਕਹਿੰਦੇ ਮੋਟਰਸਾਈਕਲ ਬਾਕੀ ਹੁਣ ਚੈੱਕ ਕਰੋ ਮਾਰਦਾ ਲਿਸ਼ਕਾਂ ਪੂਰੀਆਂ ਅੱਗੇ ਪਿੱਛੋਂ ਹੋਇਆ ਨਾ ਅਤੇ ਚਮਕਦਾ ਹੁਣ ਤਾਂ ਪੂਰਾ ਦੇਖੋ ਟੈਂਕੀ ਘੈਂਟ ਲੱਗਦਾ ਨਾ ਆਹ ਕੱਲ੍ਹ ਪਵਾਇਆ ਸੀ ਆਪਾਂ ਬਾਜ ਜਿਹਾ ਕਿਉਂਕਿ ਇੱਥੋਂ ਰੰਗ ਜਿਹਾ ਲੈ ਗਿਆ ਚਿਹਰਾ ਕਾਫੀ ਤਾਂ ਬਾਜ ਪਵਾਇਆ ਸੀਗਾ ਗੱਲਬਾਤ ਹੈਗੀ ਆ ਪੂਰੀ ਅਤੇ ਬਸ ਆਹ ਲਾਈਟਾਂ ਆਪਾਂ ਲਾਤੀਆਂ ਸੀ ਮੂਹਰਦੀਆਂ ਹੁਣ ਇੱਥੇ ਲਾਵਾਂਗੇ ਇੱਕ ਨਵੀਂ ਲਾਈਟ ਆਹ ਤਾਂ ਇਹ ਬੈਟਰੀ ਵਾਲੀ ਖੇਡਦੀਆਂ ਸੀ ਤਾਂ ਲਾਤੀਆਂ ਸੀ ਹਾਂਜੀ ਮੇਰੇ ਵੀਰੇ ਉੱਤੇ ਸ਼ਾਮ ਦਾ ਟਾਈਮ ਹੋ ਗਿਆ ਹੁਣ ਆਪਾਂ ਜੋਧਾ ਲੈ ਕੇ ਚੱਲੇ ਸੀਗੇ ਆਪਣੇ ਭਾਈ ਦਾ ਹੀ ਪ੍ਰੀ ਵੈਡਿੰਗ ਸ਼ੂਟ ਆ ਮੈਂ ਆਪਣੇ ਜਿਹਨੂੰ ਤੁਸੀਂ ਦੇਖਿਆ ਹੁਣ ਅੱਗੇ ਵਲੋਗਾਂ 'ਚ ਮੈਂਬਰ ਜਿਹਦਾ ਹੈਗਾ 5405 ਟਰੈਕਟਰ ਉਹਦਾ ਪ੍ਰੀ ਵੈਡਿੰਗ ਸ਼ੂਟ ਆ ਤਾਏ ਦਾ ਮੁੰਡਾ ਅਤੇ ਕਹਿੰਦਾ ਘੋੜਾ ਚਾਹੀਦਾ ਜਬਰੇ ਦੀ ਇੱਕ ਉਹ ਲਹੀ ਹੋਈ ਆ ਖੁਰੀ ਨਹੀਂ ਆਪਾਂ ਉਹ ਲੈ ਕੇ ਜਾਣਾ ਸੀਗਾ ਤਾਂ ਅਸੀਂ ਹੁਣ ਆਪਾਂ ਲੈ ਕੇ ਚੱਲੇ ਹਾਂ ਆਸਟ੍ਰੇਲੀਅਨ ਯੋਧਾ ਇਹਨੂੰ ਲੈ ਕੇ ਜਾਵਾਂਗੇ ਪਹਿਲਾਂ ਇਹਦੇ ਪਾ ਕੇ ਕੰਡਿਆਲਾ ਉੱਧਰ ਲੈ ਕੇ ਚੱਲਦੇ ਹਾਂ ਉੱਥੇ ਜਾ ਕੇ ਸਾਫ਼ ਸੂਫ ਕਰਕੇ ਅਤੇ ਆਹ ਨਵਾਂ ਤੌਲੀਆ ਕੱਢ ਲਿਆਂਦਾ ਅੰਦਰੋਂ ਫਿਰ ਲੈ ਕੇ ਚੱਲਦੇ ਹਾਂ ਆਪਾਂ ਕਾਠੀ ਪਾ ਕੇ ਹੀ ਲੈ ਕੇ ਜਾਣਾ ਇਹ ਦਿਖਾਉਂਦੇ ਹਾਂ ਤੁਹਾਨੂੰ ਨਾਲ ਦੀ ਨਾਲ ਆ ਨੀਲੇ ਰੰਗ ਦੀਆਂ ਪਾਵਾਂਗੇ ਅੱਜ ਆਪਾਂ ਲਗਾਮਾਂ ਵੀਰੋ ਲਿਜਾਣ ਤੋਂ ਪਹਿਲਾਂ ਘੋੜਾ ਨਮਾਉਣ ਲੱਗ ਗਏ ਸੀ ਆਪਾਂ ਦੇਖੋ ਬਾਕੀ ਕੱਪੜੇ ਕੁੱਪੜੇ ਤਾਂ ਭੇਜੀ ਗਏ ਸਾਰੇ ਇੱਕ ਪਾਸਾ ਪਰਲਾ ਪਾਸਾ ਮੈਂ ਮਾਰਨ ਲੱਗਿਆ ਇੱਧਰ ਹਜੇ ਬੁਰਸ਼ ਨਾ ਮਾਰਸ ਜਾਂਦੀ ਆ ਫਿਰ ਇਹਨੂੰ ਸੁਕਾਉਂਦੇ ਹਾਂ ਚਲੋ ਨਹਾ ਧੋ ਕੇ ਫਿਰ ਮਿਲਦੇ ਹਾਂ ਤੁਹਾਨੂੰ ਦਿਖਾਉਂਦੇ ਹਾਂ ਉਦੋਂ ਬਾਅਦ ਚੱਕੋ ਜੀ ਆਪਾਂ ਵੀ ਕੱਪੜੇ ਬਦਲੇ ਆਏ ਬਾਕੀ ਘੋੜਾ ਵੀ ਤਿਆਰ ਆ ਉੱਧਰੋਂ ਜਾ ਕੇ ਹੁਣ ਭੱਜ ਕੇ ਜੀ ਕਾਠੀ ਜਾ ਕੇ ਲਿਆਉਂਦੇ ਹਾਂ ਅਤੇ ਕਾਠੀ ਪਾਉਂਦੇ ਹਾਂ ਲਓ ਜੀ ਕਾਠੀ ਪਾ ਕੇ ਆਪਾਂ ਨਿਕਲ ਕੇ ਘਰੋਂ ਬਾਕੀ ਇਹਦੇ ਬੈਠਣ ਨੂੰ ਤਾਂ ਬਹੁਤ ਟਾਈਮ ਹੋ ਗਿਆ ਮੈਂ ਜੋ ਉਹਦੇ ਜਬਰੇ 'ਤੇ ਹੀ ਬਹਿਣਾ ਕਾਫੀ ਟਾਈਮ ਦਾ ਅਤੇ ਹੁਣ ਹੋਰ ਹੀ ਲੱਗਦਾ ਇਹਦੇ ਬਹਿ ਕੇ ਆਹ ਘੋੜਾ ਤਾਂ ਘੋੜਾ ਹੀ ਆ ਹੌਲੀ ਆਪਾਂ ਨੇੜੇ ਹੀ ਜਾਣਾ ਇੱਥੇ ਤੁਹਾਨੂੰ ਉੱਥੇ ਪਹੁੰਚ ਕੇ ਮਿਲਦੇ ਹਾਂ ਅਤੇ ਚੱਲ ਕੇ ਫਿਰ ਦਿਖਾਉਂਦੇ ਹਾਂ ਲਓ ਜੀ ਘੋੜਾ ਲਿਆ ਇੱਥੇ ਫਿਲਮ ਸਿਟੀ ਲਿਆਉਣਾ ਸੀਗਾ ਨਹੀਂ ਫਿਰਦੇ ਆ ਬਾਜੇ ਆਪਣਾ ਨਾ ਕੱਪੜਾ ਰਹਿ ਗਿਆ ਘਰੇ ਕੱਪੜਾ ਲੈਣ ਚੱਲਦੇ ਹਾਂ ਅਤੇ ਲਓ ਜੀ ਮੇਰੇ ਵੀਰੇ 2-4 ਜਿਹੜੇ ਸ਼ੋਟ ਲੈਣੇ ਸੀ ਉਹ ਲੈ ਲਏ ਉਹਨਾਂ ਨੇ ਮੈਂਬਰ ਹੋਣਾਂ ਨੇ ਅਤੇ ਉਹ ਹੁਣ ਅੰਦਰ ਚਲੇ ਗਏ ਬਾਕੀ ਸ਼ੋਟ ਲੈਣ ਮੈਂ ਕਿਹਾ ਆਪਾਂ ਇਹਦਾ ਗੀੜਾ ਦਵਾ ਦਈਏ ਥੋੜ੍ਹੇ ਕਈ ਦਿਨਾਂ ਦਾ ਖੜਾ ਅਤੇ ਹੁਣ ਇੱਕਦਮ ਆਏ ਕਾਠੀ ਪਾ ਕੇ ਆਏ ਹੁਣ ਤੁਰਦਾ ਤਾਂ ਇਹ ਵੀ ਵਧੀਆ ਬਸ ਇਹਦੀ ਖੜਨੀ ਖੁੜਨੀ ਬਹੁਤ ਚੰਗੀ ਆ ਘੋੜੇ ਦੀ ਬਾਕੀ ਸਾਊ ਤਾਂ ਹੈਗਾ ਹੀ ਹੈਗਾ ਇਹ ਇੱਧਰ ਹੁਣ ਦੇ ਆਉਂਦੇ ਹਾਂ ਗੀੜਾ ਮਾੜਾ ਆ ਅਤੇ ਫਿਰ 23 ਤਰੀਕ ਨੂੰ ਲੈ ਕੇ ਚੱਲਾਂਗੇ ਆਪਾਂ ਮੋਹੀ ਨੂੰ ਉੱਥੇ ਫਿਰ ਦੇਵਾਂਗੇ ਚੰਗੀ ਰਾਈਡ ਕਰਾਂਗੇ ਉੱਥੇ ਹੈਗੀਆਂ ਨੇ ਖੇਡਾਂ 23 ਤਰੀਕ ਦੀਆਂ ਥੰਬਨੇਲ 'ਚ ਤੁਸੀਂ ਪੋਸਟਰ ਤਾਂ ਦੇਖ ਹੀ ਲਿਆ ਹੁਣ ਖੇਡਾਂ ਵਾਲਾ ਅਤੇ ਉਹ 23 ਤਰੀਕ ਨੂੰ ਹੈਗੀਆਂ ਉੱਦਣ ਵੀ ਫਿਰ ਪੂਰੀ ਐਨ ਤੱਕ ਪੈਣੀਆਂ ਬਹੁਤ ਤਕੜੀਆਂ ਖੇਡਾਂ ਨੇ ਬਾਦਸ਼ਾਹ ਹੁਣਾਂ ਨੇ ਵੀ ਭੱਜਣਾ ਉੱਦੇ
ਪੂਰਾ ਐਨ ਗਾਹ ਪਾਉਣਾ ਆਪਾਂ, ਇਹ ਦਿਖਾਵਾਂਗੇ ਤੁਹਾਨੂੰ ਨਾਲ ਦੀ ਨਾਲ। ਬਾਕੀ ਇਹਦਾ ਛੋਟਾ ਗੇੜਾ ਦਵਾ ਕੇ ਫਿਰ ਘਰ ਲੈ ਚੱਲਦੇ ਹਾਂ ਇਹਨੂੰ ਹੁਣ ਆਪਾਂ, ਅਤੇ ਘਰ ਪਹੁੰਚ ਕੇ ਮਿਲਦੇ ਹਾਂ, ਫਿਰ ਕਰਦੇ ਹਾਂ ਕੁਛ ਚੱਲ ਕੇ। ਉਹ ਤਾਂ ਜਾਂਦਾ ਵਧੀਆ ਤੁਰਿਆ। ਲਓ ਜੀ ਮੇਤਰੀ ਉਹਨਾਂ ਕੋਲ ਆ ਗਏ, ਖੜ ਜਾਓ ਇਹਨਾਂ ਤੋਂ ਇੱਕ ਸਵਾਲ ਪੁੱਛਦੇ ਹਾਂ। ਮੇਤਰੀ ਬੰਪਰ ਲਾ ਦਿਓ, ਬੰਪਰ ਲਾ ਦਿਓਗੇ? ਬੰਪਰ ਮੈਂ ਕਿਹਾ ਲਾ ਦਿਓ ਇੱਕ 3 ਫੁੱਟ ਇਹਦੇ 'ਤੇ। ਘੋੜਿਆਂ ਦੇ ਤਾਂ ਬਹੁਤ ਲਵਾ ਰਹੇ, ਇਹ 'ਤੇ ਵੀ ਲਵਾ ਲਈਏ ਮੈਂ ਕਿਹਾ ਇੱਕ ਅੱਧਾ। ਚਲੋ ਗੇੜਾ ਦੇ ਕੇ ਆਉਂਦੇ ਹਾਂ, ਫਿਰ ਮਿਲਦੇ ਹਾਂ ਤੁਹਾਨੂੰ, ਕੋਈ ਨਹੀਂ ਆ ਜਾ ਤੈਨੂੰ ਵੀ ਦਵਾ ਦਿੰਦੇ ਹਾਂ। ਲਓ ਜੀ ਗੇੜਾ ਦਵਾ ਲਿਆ, ਆਪਾਂ ਉਰ ਉੱਤਰ ਗਏ ਸੀ ਗਰਾਊਂਡ ਕੋਲੋਂ, ਕਿਉਂਕਿ ਇਹਦਾ ਵੀ ਉਹੀ ਕੰਮ ਹੋ ਗਿਆ ਜਬਰੇ ਵਾਲਾ, ਇੱਕ ਖੁੜੀ ਕਿਉਂ ਇਹਨਾਂ 'ਚ ਲੱਗਣੀ ਵਾਲੀਆਂ ਸੀ ਵੈਸੇ, ਜਿਵੇਂ ਗੱਡੀਆਂ ਦੇ ਟਾਇਰਾਂ ਦੀ ਨਹੀਂ ਲਾਈਫ ਮੁੱਕ ਜਾਂਦੀ, ਉਵੇਂ ਇਹਨਾਂ ਦੀ ਵੀ ਹੁਣ ਤਾਂ ਅਸੀਂ ਇਹਦੀ ਵੀ ਇੱਕ ਲੈ ਗਈ ਖੁੜੀ ਇੱਧਰਲੀ ਪਰਲੇ ਪਾਸੇ ਵਾਲੀ ਹੈਗੀ ਆ, ਅਤੇ ਹੁਣ ਦੋਨਾਂ ਦੀ ਇਕੱਠੀ ਲੱਗ ਜੂ। ਅੱਜ ਹੋ ਗਈ 20 ਤਰੀਕ, 23 ਤਰੀਕ ਨੂੰ ਆਪਾਂ ਇਹ ਲੈ ਕੇ ਜਾਣਾ ਜੋਬਰ ਜੰਗ ਅਤੇ ਜੋਧਾ, ਦੋਨੇ ਹੀ ਲੈ ਕੇ ਜਾਵਾਂਗੇ ਉੱਥੇ ਮੋਹੀ ਨੂੰ। ਉੱਥੇ ਹੈਗੀ ਖੇਡ, ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਪੂਰੀ ਤਕੜੀ ਖੇਡ ਹੋਣੀ ਆ, ਜਿਹੜੇ ਵੀ ਨੇੜੇ ਤੇੜੇ ਦਾ ਜ਼ਰੂਰ ਪਹੁੰਚੋ, ਬਹੁਤ ਤਕੜੀ ਖੇਡ ਆ ਉੱਥੇ। ਮੋਟਰਸਾਈਕਲ ਆ ਪਹਿਲਾ ਨਾਮ, ਫੁੱਲ ਤਕੜੇ ਤਕੜੇ ਘੋੜੇ ਆਉਣੇ ਆ, ਬਾਦਸ਼ਾਹ ਹੋਣੀ ਤਾਂ ਆਉਣੀ ਆਉਣੇ ਆ। ਲਓ ਜੀ ਘੋੜਾ ਲਟਾ ਲਟੂ ਲਿਆ ਆਪਾਂ, ਹੁਣ ਦੇਖੋ ਨਿਬੜ ਗਿਆ ਪੂਰਾ, ਹੁਣ ਇਹਨੂੰ ਅੰਦਰ ਛੱਡ ਦਿੰਦੇ ਹਾਂ, ਅਤੇ ਹੁਣ ਰਿਲੈਕਸ ਹੋ ਜਾਂਦਾ ਜਦੋਂ ਘੋੜਾ ਇੱਕ ਵਾਰ ਲੇਟ ਲੈਂਦਾ ਨਾ, ਉਦੋਂ ਬਾਅਦ ਰਿਲੈਕਸ ਹੋ ਜਾਂਦਾ, ਹੁਣ ਇਹ ਰਿਲੈਕਸ ਆ ਪੂਰਾ, ਦੇਖੋ ਹੁਣ ਆਰਾਮ ਨਾਲ ਜਾਂਦਾ। ਹੁਣ ਇਹਦੇ ਖਾਨੇ 'ਚ ਜਾ ਕੇ ਇਹਨੂੰ ਛੱਡ ਦਿੰਦੇ ਹਾਂ ਆਪਾਂ ਭੱਜ ਕੇ, ਫਿਰ ਮਿਲਦੇ ਹਾਂ ਤੁਹਾਨੂੰ। ਚੱਕੋ ਜੀ ਜੋਧਾ ਕਹਿੰਦੇ ਛੱਡਤਾ ਅੰਦਰ, ਦੇਖੋ। ਬਾਕੀ ਦੇਖੋ ਆਉਣ ਤੋਂ ਪਹਿਲਾਂ ਮੀਲ ਕਹਿੰਦੇ ਘੋੜੇ ਦਾ ਤਿਆਰ ਸੀਗਾ, ਪੱਠੇ ਪੁੱਠੇ ਪਾਏ ਹੋਏ ਆ, ਬੰਦਾ ਛੱਡ ਕੇ ਗਏ ਸੀ ਆਪਾਂ। ਚੱਕੋ ਹੁਣ ਕਹਿੰਦੇ ਗੇੜਾ ਕੱਢਿਆ ਆਇਆ, ਲਿੱਟ ਲੁੱਟ ਆਇਆ, ਹੁਣ ਮੀਲ ਖਾਓ। ਅਤੇ ਬਾਕੀ ਮੇਰੇ ਵੀਰੋ ਅੱਜ ਕਣਕ ਪਤਾ ਕਿਉਂ ਨਹੀਂ ਵੱਢੀ, ਕਿਉਂਕਿ ਹਜੇ ਇੱਕ ਤਾਂ ਕੱਲ੍ਹ ਥੋੜ੍ਹਾ ਬਹੁਤ ਮੀਂਹ ਪੈ ਗਿਆ, ਬਾਕੀ ਜਿੱਥੇ ਜਿੱਥੇ ਸੀਗੀ ਉੱਥੇ ਹਜੇ ਥੋੜ੍ਹੇ ਮਤਲਬ 1-2 ਦਿਨ ਦਾ ਫਰਕ ਪਿਆ ਵੀ ਉਹ ਪੱਕਣੀ ਰਹਿੰਦੀ ਆ ਹਜੇ, ਅਤੇ ਟਰੈਕਟਰ ਟਰਾਲੀ ਐਂ ਖੜ੍ਹੇ ਆ, ਮੈਂ ਕਿਹਾ ਕਾਹਨੂੰ ਕੱਢਣੇ ਆ ਇਹ, ਅਤੇ ਇੱਥੇ ਹੁਣ ਖੜ੍ਹਾ ਵਧੀਆ ਰਹੂ। ਫਿਰ ਪੈਪਾਂ ਪੂਪਾਂ, ਇੱਕ ਪੈਪਾਂ ਕਈ ਲੱਗੀਆਂ ਹੋਈਆਂ ਇਹਦੇ, ਦੇਖੋ 2 ਲੱਗੀਆਂ ਹੋਈਆਂ ਡਿਸਟ੍ਰੀਬਿਊਟਰ ਅਤੇ ਇੱਕ ਦੂਜੀ ਮੇਨ ਪੈਪ ਜਿਹੜੀ ਰਿਫਟ ਵਾਲੀ ਹੁੰਦੀ ਆ, ਉਹ ਡਾਲਾ ਵੀ ਕਿਉਂਕਿ ਰਿਫਟ ਵਾਲਾ ਨਾ ਆਪਣਾ, ਉਹਦੇ ਕਰਕੇ ਫਿਰ ਇਹਨਾਂ ਨੇ ਚੱਕਣਾ ਪੈਂਦਾ। ਬਾਕੀ ਕੋਈ ਨਹੀਂ, ਇਹ ਤਾਂ ਬਾਹਲਾ ਟਾਈਮ ਚੱਲਣਾ ਨਹੀਂ ਗਾ, ਕਣਕ ਦਾ ਤੁਹਾਨੂੰ ਪਤਾ ਵਾਢੀ ਛੇ 'ਚ ਨਿਬੜ ਜਾਂਦੀ ਆ, ਅਤੇ ਉਹਦੇ ਕਰਕੇ ਮੀਂਹ ਵੀ ਆ ਗਿਆ, ਮੀਂਹ ਕਰਕੇ ਇੱਧਰ ਗੱਡੀਆਂ ਵੀ ਦੇਖੋ ਲਿਬੜੀਆਂ ਖੜੀਆਂ ਨੇ, ਅਤੇ ਥਾਰ ਲੈ ਕੇ ਗਿਆ ਹੋਇਆ ਚਰਨ, ਸਵਿਫਟ ਵੀ ਕੋਈ ਲੈ ਕੇ ਗਿਆ ਹੁਣ ਪਤਾ ਨਹੀਂ ਕਿਹਦੇ ਕੋਲ ਆ, ਉਹ ਸਾਰੀਆਂ ਤੁਹਾਨੂੰ ਪਤਾ ਕੰਮ ਕਾਰ 'ਚ ਬਿਜ਼ੀ ਰਹਿੰਦੀਆਂ। ਬਾਕੀ ਟਰੈਕਟਰ ਵੀ ਲਿਬੜਿਆ ਖੜ੍ਹਾ, ਇਹ ਵੀ ਧਵਾਉਂਦੇ ਆ ਫਿਰ ਸੀਜ਼ਨ ਨਮੇੜ ਕੇ, ਅਤੇ ਦਿਖਾਉਂਦੇ ਆ ਫਿਰ ਤੁਹਾਨੂੰ। ਬਾਕੀ ਕਹਿੰਦੇ ਦੇਖੋ ਮਾਰਦਾ ਕਹਿੰਦੇ ਲਿਸ਼ਕਾਂ ਪੂਰੀਆਂ, ਅੱਜ ਧਵਾ ਕੇ ਜਾਂਦਾ, ਅਤੇ ਆਪਾਂ ਸਲਾਂਸਰ ਨਿਕਲ ਕਰਾਉਣਾ ਉਹਦੀ, ਦੇਖ ਲਓ ਚਮਕ ਥੋੜ੍ਹੀ ਫਿੱਟ ਗਈ, ਨਿਕਲ ਜਦੋਂ ਕਰਾ ਲਿਆ ਫਿਰ ਚਮਕ ਆ ਜਾਣੀ ਆ, ਜਿਵੇਂ ਹੈਂਡਲ ਤਾਂ ਆਪਾਂ ਨਵਾਂ ਪਵਾਇਆ ਸੀ ਹੁਣ ਕੀ ਇਹਦਾ ਚਮਕਦਾ ਪੂਰਾ, ਅਤੇ ਓਕੇ ਯਾਰ ਪੋਟਾਂ ਟੈਂਕੀ ਟੂੰਕੀ ਫੁੱਲ ਚਮਕਦੀ ਆ, ਦੇਖੋ ਲੈ ਮਾਰਦੀਆਂ ਲਿਸ਼ਕਾਂ ਵਿੱਚ ਦੀ ਮੂੰਹ ਨਹੀਂ ਦਾ, ਬਾਕੀ ਗਰਦ ਮਿੱਟੀ ਤਾਂ ਉੱਡੀ ਜਾਂਦੀ, ਦੇਖ ਲਓ ਥੋੜ੍ਹਾ ਟਾਈਮ ਹੀ ਖੜ੍ਹੇ ਨੂੰ ਹੋਇਆ, ਤਾਂ ਵੀ ਮਾੜੀ ਮੋਟੀ ਗਰਦ ਪੈ ਹੀ ਗਈ, ਅਤੇ ਇਹ ਕਿਉਂਕਿ ਹੁਣ ਤੁਹਾਨੂੰ ਪਤਾ ਕਣਕ ਦਾ ਸੀਜ਼ਨ ਆ ਗਿਆ, ਹੁਣ ਤਾਂ ਗਰਦਾ ਐਂ ਚੱਲਣਾ। ਹੁਣ ਆਪਾਂ ਚੱਲੇ ਹਾਂ ਗੁਰੀ ਕੋਲ, ਨਾਲੇ ਤਾਂ ਉਹਨੂੰ ਚੱਲ ਕੇ ਪੁੱਛਦੇ ਹਾਂ ਵੀ ਵਲੋਗ ਕਿਉਂ ਨਹੀਂ ਆਉਂਦੇ ਬਾਈ, ਅਤੇ ਟਰੈਕਟਰ ਕਿੱਥੇ ਆ ਤੁਹਾਨੂੰ ਚੱਲ ਕੇ ਰੈੱਡ ਹੋਰਸ ਵੀ ਦਿਖਾਉਣੇ ਆ, ਅਤੇ ਦੇਖਦੇ ਹਾਂ ਕੀ ਕਰਦਾ, ਕਬੂਤਰਾਂ ਜੀ ਬੜਿਆ ਹੋਣਾ ਪੱਕੀ ਗੱਲ ਆ, ਅਤੇ ਮਿਲਾਉਂਦੇ ਹਾਂ ਫਿਰ ਚੱਲ ਕੇ ਤੁਹਾਨੂੰ ਉਹਨੂੰ ਵੀ। ਆ ਖੜਾ ਕਹਿੰਦੇ ਮੇਰੇ ਵੀਰੋ ਮਿੱਟੀ ਚੈੱਕ ਕਰੋ, ਤਾਂ ਐਂ ਲੱਗਦਾ ਜਿਵੇਂ ਮਹੀਨੇ ਦਾ ਉਰੇ ਖੜਾ ਹੋਵੇ, ਬਾਕੀ ਇਹਨੂੰ ਯਾਦ ਕਰਦੇ ਸੀ ਦੇਖ ਲਓ, ਕਿਉਂਕਿ ਬੰਦਾ ਮਿਲਾਉਂਦੇ ਹਾਂ ਆਪਾਂ ਰੈੱਡ ਹੋਰਸ ਨੂੰ ਮਿਲਾਉਂਦੇ ਹਾਂ। ਓ ਦੇਖੋ ਕਹਿੰਦੇ ਵਾਜੀ ਵਾ, ਕਿਹੜੇ ਕਰਦੀ ਇਹਨਾਂ ਦੀ ਡਰਾਈਵਰ
ਚੱਕ ਚੱਕ ਕਬੂਤਰ ਚੱਕ ਕਰਾ ਕੰਮ ਇਹਦਾ ਦੱਬ ਕੇ ਕਹਿੰਦੇ ਤਿੰਨ ਜਣੇ ਲੱਗੇ ਹੋਏ ਨੇ ਮੇਰੇ ਵੀਰੇ ਹੜਦੇ ਆ ਕਿਤੇ ਕਬੂਤਰਬਾਜੀ ਕਿਤੇ ਸੌਖਾ ਕੰਮ ਆ ਡਰਾਈਵਰ ਹੱਥ ਦਿਖਾਈ ਪੈਰ ਵੀ ਦੇਖੋ ਕਹਿੰਦੇ ਮੁੰਡਾ ਹੈ ਉਹ ਜੋ ਜ਼ਖਮੀ ਹੋ ਗਿਆ ਸਵੇਰ ਦੇ ਇੱਧਰ ਹੀ ਲੱਗੇ ਹੋਏ ਕਬੂਤਰ ਲਾਉਣ ਕਹਿੰਦੇ ਦੇਖ ਲਓ ਦੋ ਫਿਰਦੇ ਆ ਤਿੰਨ ਚਾਰ ਪਤਾ ਨਹੀਂ ਕਿਹੜੇ ਕਿਹੜੇ ਫਿਰੀ ਜਾਂਦੇ ਇਹਦੇ ਕਿਹੜੀ ਕੱਛ ਵਾਲੀ ਭਰਾਵਾ ਉਹ ਜਾਂਦਾ ਉਹ ਮੈਂ ਤਾਂ ਕਹਿੰਦਾ ਦੋ ਕੁ ਬੰਗਲੇ ਫੜ ਲਾ ਵਿੱਚ ਆਏ ਨੇ ਨਾਈ ਜੀ ਮਾਰਦਾ ਹੀ ਆਉਂਦਾ ਦੇਖੋ ਮੇਰੇ ਵੀਰੋ ਹਨੇਰਾ ਹੋ ਗਿਆ ਕਹਿੰਦੇ ਮੁੰਡਾ ਹਜੇ ਵੀ ਲੱਗਿਆ ਪਿਆ ਉਹ ਬਹਿ ਗਈ ਇੱਕ ਕਬੂਤਰ ਹੀ ਰਹਿ ਗਈ ਬਾਕੀ ਤਾਂ ਇਹਨੇ ਲਾ ਲਏ ਔਖੇ ਕਿੰਨੇ ਡਾਏ ਸੀ ਅੱਜ ਅੱਜ ਚਾਰ ਨਵੇਂ ਡਾਏ ਸੀ ਜਮਾ ਨਵੇਂ 6 ਮਹੀਨਿਆਂ ਬਾਅਦ ਬਾਕੀ 15-16 ਸਵੇਰੇ ਡਾਏ ਸੀ ਉਹ 2 ਕੁ ਵਜੇ ਆ ਗਏ ਬੜਾ ਕਬੂਤਰਾਂ ਦਾ ਕਿਤੇ ਸੌਖਾ ਕੰਮ ਆ ਡਰਾਈਵਰ ਕੀ ਲਿਆਉਣਾ ਬਦਾਮ ਪਾਉਣੇ ਆ 20-25 ਕਬੂਤਰਾਂ ਨੂੰ ਚੜਾਈ ਇੱਕ ਆ ਕਬੂਤਰ ਨੂੰ ਵੀ ਡਾ ਦੇ ਇਹ ਵੀ ਰੰਗਿਆ ਰੁੰਗਿਆ ਪਿਆ ਉਧਰ ਥੱਕਦਾ ਵਾਲੀ ਛੇਦੀ ਆ ਛੇਦੀ ਥੱਕ ਇਹਦੇ ਵੀ ਰੰਗ ਲਾਤਾ ਅੱਜ ਆਪਾਂ ਉਹੀ ਮੈਂ ਕਹਿੰਦਾ ਇਹ ਪੈਰ ਤੇ ਲਾਇਆ ਵੀ ਕਿਤੇ ਆਹ ਦੇਖ ਲੈ ਉਧਰ ਪੈਰ ਦਾ ਦੋਨੋਂ ਮਜਾ ਨਹੀਂ ਯਾਰ ਉਹ ਕਰਤਾ ਉਹਨੇ ਲੈ ਜੂ ਕਿ ਨਹੀਂ ਢੋਲ ਤਾਂ ਮਸਾ ਲੈਣਾ ਕਰੋੜ ਕਿਆ ਕੋ ਕਹਿੰਦੇ ਸੇਵਾ ਹੋਣ ਲੱਗ ਗਈ ਆਪਾਂ ਕਬੂਤਰ ਲਾਹੇ ਅੱਜ 3-4 ਆ ਕੇ ਬਾਕੀ ਰੈੱਡ ਹਾਰਸ ਆ ਵੀ ਤਾਂ ਅੱਧੇ ਲੋਕੀ ਪੋਦੇ ਆ ਸਾਈਡ ਤੇ ਖੜਾ ਹੋ ਗਿਆ ਹਾਂ ਮੈਂ ਦਿਖਾਇਆ ਆ ਮੈਂ ਕਿਹਾ ਮਿੱਟੀ ਐਂ ਪਈ ਆ ਜਿਵੇਂ ਮਹੀਨੇ ਦਾ ਖੜਾ ਹੋਵੇ ਸਹੀ ਗੱਲ ਕੱਲ੍ਹ ਕੱਢਿਆ ਸੀ ਮਾੜਾ ਜਿਹਾ ਧੱਕਾ ਲਾ ਕੇ ਅਲਟੀਨੇਟਰ ਦਾ ਕਰ ਲਓ ਯਾਰ ਉਹਦਾ ਸੋਮਵਾਰ ਨੂੰ ਲੈਣ ਜਾਊ ਸੋਮਵਾਰ ਨੂੰ ਕਹਿੰਦੇ ਅਲਟੀਨੇਟਰ ਦਾ ਦੇਖਦੇ ਫਿਰ ਕੀ ਬਣਦਾ ਸਿਸਟਮ ਵੀ ਨਹੀਂ ਚੱਲ ਰਿਹਾ ਉਹਦੇ ਕਰਕੇ ਅਤੇ ਦੇਖਦੇ ਹਾਂ ਬਾਕੀ ਦਿਖਾਉਂਦੇ ਹਾਂ ਤੁਹਾਨੂੰ ਨਾਲ ਦੀ ਨਾਲ ਲਓ ਜੀ ਕਾਫੀ ਹਨੇਰਾ ਹੋ ਗਿਆ ਅਤੇ ਘਰ ਆਪਾਂ ਪਹੁੰਚ ਗਏ ਸੀ ਬੁਲਟ ਉਰੇ ਲਿਆ ਕੇ ਖੜਾ ਤਾ ਬਾਕੀ ਤੁਸੀਂ ਦੇਖਿਆ ਹੀ ਆ ਗੁਰੀ ਦਾ ਕੰਮ ਕਬੂਤਰ ਵਾਲਾ ਕਿਹੜਾ ਸੌਖਾ ਕਾਫੀ ਔਖਾ ਕੰਮ ਆ ਗੁਰੀ ਕਰੀ ਜਾਂਦਾ ਉਹਨੂੰ ਕੋਈ ਨਹੀਂ ਸਪੋਰਟ ਕਰੋ ਜਦੋਂ ਫਿਰ ਟਰੈਕਟਰ ਵਾਲਾ ਆਊਗਾ ਫਿਰ ਉਹ ਟਰੈਕਟਰ ਹੁਣ ਜਦ ਕੋਈ ਕੰਮ ਹੀ ਹੈ ਨਹੀਂ ਗਾ ਫਿਰ ਉੱਧਰ ਕਬੂਤਰਬਾਜ਼ੀ ਵਾਲੀਆਂ ਵੀ ਸਟਾਰਟ ਹੋਣ ਵਾਲੀਆਂ ਨਾ ਬਾਜ਼ੀਆਂ ਤਾਂ ਹੀ ਉੱਧਰ ਬਿਜ਼ੀ ਆ ਹੁਣ ਉਹ ਅਤੇ ਵਧੀਆ ਵੈਸੇ ਕੰਮ ਬੰਦੇ ਦਾ ਇੰਟਰਸਟ ਹੁੰਦਾ ਹੋਰ ਉਰੇ ਪਰੇ ਤੋਂ ਬੰਦਾ ਬਿਜ਼ੀ ਰਹਿੰਦਾ ਫਿਰ ਉਹ ਕਬੂਤਰਬਾਜ਼ੀ 'ਚ ਇਹ ਵੀ ਸ਼ੌਂਕ ਹੁੰਦੇ ਆ ਬੰਦੇ ਦੇ ਆਉਂਦੇ ਆਉਂਦੇ ਬਾਕੀ ਹੁਣ ਦੇਖਦੇ ਹਾਂ ਜੇ ਕੱਲ੍ਹ ਨੂੰ ਮਸ਼ੀਨ ਆਈ ਫਿਰ ਕੱਲ੍ਹ ਨੂੰ ਵਾਢੀ ਕਰਦੇ ਹਾਂ ਅਤੇ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਅਗਲੇ ਵਲੋਗ ਦੇ ਵਿੱਚ ਅਤੇ ਅੱਜ ਦਾ ਵਲੋਗ ਆਪਾਂ ਉਰੇ ਐਂਡ ਕਰਦੇ ਹਾਂ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।